क्लैप करो यार, रक्षा की भैन वास्ते क्लैप करो। ले रक्षा, बनांगी तेरी रन गुजरा। ए मेरी भैन है जी, ए दस ना सानू पता लग गया। भाई जान, भाई जान, ए नहीं हटदियां भाई जान। की बदतमीजी है भाई जान, भाई जान भी तेरे कोल ही खड़ोता वा, मर गया हो। बकवास ना कर भाई जान, भाई जान, भाई कोई गल ना करन वाली भाई जान। हां इधर नु भी परेशान ना हो, असल भाई जान आ, दूजा भाई जान आ। हां दूजा भाई जान, हां भाई जान, भाई जान। ओए परेशान ना हो भाई, हां मैनू उदों दे खलोते सताई जान। क्यों भाई जान तो तेनू उधर कौन लवाई जा? ਮੇਰੀ ਗੱਲ ਸੁਣੋ, ਤੁਸੀਂ ਪਕਾਇਆ ਕੀ ਆ? ਸੁੱਤੇ ਪਏ ਦੇ ਹੱਥ ਫੜਾ ਜਾ। ਅੱਛਾ ਮੇਰਾ ਸਾਲਾ ਜਿੰਦਾ ਹੁੰਦਾ, ਹਾਂ ਪਿਆਰ ਲੈ ਤੇ ਕੋ ਗਏ ਹੋਗੇ। ਇਹ ਕਿਹੜੀ ਗੱਲ? ਅੱਛਾ ਇਹ ਪੁੱਛੋ ਆਪਣੀ ਭੈਣ ਨੂੰ ਪਕਾਇਆ ਕੀ ਆ? ਇਹ ਪੁੱਛੋ। ਮੈਂ ਅੱਜ ਪਕਾਈ ਆ ਭਾਈ। ਇਹਨੇ ਲੱਗਦਾ ਕੁਝ ਵੀ ਨਹੀਂ ਪਕਾਇਆ ਕਿਉਂਕਿ ਭਾਂਡੇ ਤਾਂ ਮੂੰਹ ਤੇ ਮਾਰੇ ਨੇ। ਕੋਈ ਸ਼ਾਇਦ ਪਕਾਈ ਨਹੀਂ, ਮੈਨੂੰ ਨਹੀਂ ਲੱਗਦਾ ਕੋਈ ਪਕਾਈ ਹੋਗੀ। ਨਹੀਂ ਮੈਂ ਅੱਜ ਪਕਾਏ ਮੱਛੀ। ਆਏ ਆਏ ਮੱਛੀ ਪਕਾਈ ਆ? ਕਿਵੇਂ ਮੱਛੀ ਪਕਾਈ? ਅੱਜ ਇਹਦੀ ਭੈਣ ਨੇ ਮੱਛੀ ਪਕਾਈ ਆ, ਅੱਜ ਸਾਰੇ ਮੱਲੇ ਦਾ ਬੰਦਾ ਸੌਣ ਕੋਈ ਨਹੀਂ ਦੇਣਾ ਆਪਾਂ। ਮੈਂ ਮੱਛੀ ਪਕਾਈ ਹੈ, ਇੰਨੀ ਮਜ਼ੇਦਾਰ। ਆਪਾਂ ਦਰਵਾਜ਼ੇ ਖੜਕਾ ਖੜਕਾ ਕੇ ਪੁੱਛਣਾ ਮੱਛੀ ਖਾਧੀ ਹੈ ਕਿ ਨਹੀਂ ਖਾਧੀ। ਇੰਨੀ ਮਜ਼ੇਦਾਰ ਮੱਛੀ ਪਕਾਈ ਹੈ, ਓਏ ਹੋਏ, ਇੰਨੀ ਮਸਾਲਾ ਬਣਾਇਆ, ਮੱਛੀ ਰੱਖੀ ਹੱਥ, ਮਸਾਲਾ ਪਾਇਆ ਮੱਛੀ ਦੇ ਉੱਤੇ, ਉਹਨੂੰ ਫਿਰ ਇੰਨੇ ਨੇ ਮਲਿਆ। ਓ ਬਸ ਕਰ ਦੋ ਓਏ ਓਏ, ਓ ਰੱਖੇ ਦੀ ਭੈਣ ਦੀ ਮਲਾਈ ਦੇਖੋ, ਮਲਾਈ ਰਕਸ਼ੇ ਨੂੰ ਮੱਛੀ ਨੂੰ ਮਲਾਈ ਕਰ ਰਹੀ ਮੱਛੀ। ਓਏ ਅਸਲ ਮਲੇ ਮੱਛੀ ਨੂੰ ਜਦੋਂ ਮੈਂ ਮਲਿਆ, ਹਾਂਜੀ ਹਾਂਜੀ, ਤੇ ਝੱਗ ਨਿਕਲ ਲੈ। ਮੇਰੀ ਗੱਲ ਸੁਣੋ, ਮੱਛੀ ਮਲੀ ਆ, ਉਹਨੂੰ ਗੌਰ ਨਾਲ ਦੇਖਿਆ ਸੀ, ਉਹ ਫਿਰ ਮੱਛੀ ਨਹੀਂ ਹੋਣੀ, ਉਹ ਡੰਬਰ ਹੋਣਾ। ਦੱਸ ਭੈਣ ਮੱਛੀ ਇੰਜ ਮਲਦੀ ਆ, ਭਰਾ ਇੰਜ ਮਲਦਾ ਵਾ? ਜਿਹੜਾ ਮੇਰੀ ਭੈਣ ਨੇ ਕਰੇਲੇ ਗੋਸ਼ਤ ਪਕਾਏ ਹੋਣਾ, ਮੈਂ ਤੈਨੂੰ ਕੀ ਦੱਸਾਂ? ਮੱਛੀ ਪਕਾਈ ਤੇਰੀ ਭੈਣ ਨੇ, ਅੰਦਰ ਬਹਿ ਕੇ ਖਾਣ ਵਾਲੀ ਆ, ਭੱਜ ਨੱਠ ਕੇ। ਉਹ ਰਕਸ਼ੇ ਦੀ ਐਡੀ ਕਮਾਈ ਹੁੰਦੀ ਉਹ ਚ ਮੱਛੀ ਪਕੇ, ਮੱਛੀ ਪੱਕੀ ਜਾਂਦੀ ਆ ਸਵੇਰ ਦਾ ਗਿਆ। ਬਗੈਰਤੀ ਦੀ ਹਮਕ ਦੱਸਣ ਦੇ ਤੇਰੀ ਭੈਣ ਨੱਚ ਕੇ ਗਈ ਆ। ਇਸ ਗੱਲ ਨੂੰ ਦਫਾ ਮਾਰੋ, ਆਪਣੀਆਂ ਭੈਣਾਂ ਦੇ ਬਾਰੇ ਚ ਸੋਚੋ। ਮੈਂ ਕਹਿਣਾ ਤੂੰ ਕਹਿੰਦੇ ਸੀ ਬਾਬੇ ਨੂੰ, ਜਿਹੜਾ ਵਾ ਰਿਸ਼ਤੇ ਵਾਲਾ ਬਾਬਾ, ਰਿਸ਼ਤੇ ਵਾਲੇ ਨੂੰ ਫੋਨ ਕਰ ਦਿੱਤਾ ਆ। ਅੱਛਾ, ਔਰ ਉਹਨੇ ਕਿਹਾ ਮੁੰਡਾ ਹੋਵੇ, ਫੜਿਆ ਵਾਲੀ ਗਿਆ, ਖੂਬਸੂਰਤ ਮੁੰਡਾ ਹੋਵੇ। ਅੱਛਾ ਠੀਕ ਹੈ ਕਿ ਨਹੀਂ? ਉਹਨਾਂ ਨੇ ਕਿਹਾ ਤੁਸੀਂ ਪਹੁੰਚੋ, ਠੀਕ ਆ, ਤੇ ਅਸੀਂ ਪਹੁੰਚ ਰਹੇ 10 ਮਿੰਟ ਤੱਕ। ਤੇ ਤੂੰ ਮੈਡੀਕਲ ਰਿਪੋਰਟ ਕਰਵਾਈ ਆ ਆਪਣੀ? ਮੈਡੀਕਲ ਰਿਪੋਰਟ ਕਰਾਈ ਆ, ਮੈਂ ਡਾਕਟਰ ਸਾਹਿਬ ਨੂੰ ਫੋਨ ਕੀਤਾ, ਉਹ ਕਹਿੰਦੇ ਬੰਦੇ ਆ ਰਹੇ ਨੇ ਰਿਪੋਰਟ ਲੈ ਕੇ। ਤੇ ਤੇਰੇ ਭੈਣ ਨੂੰ ਜਿਹੜੇ ਦੌਰੇ ਪੈਂਦੇ, ਤੂੰ ਵੀ ਕੋਈ ਰਿਪੋਰਟ ਕਰਵਾ। ਰਿਪੋਰਟ ਯਾਰ ਦਿੱਤੀ ਆ ਜਾ, ਅੱਜ ਕੱਲ ਨਵੀਂ ਬਿਮਾਰੀ ਸ਼ੁਰੂ ਹੋਈ ਕਿ ਕਰੋਨਾ ਜੀ, ਕਿਤੇ ਹੋਰ ਨਾ ਹੋਈ ਹੋਵੇ। ਉਹਦੀਆਂ ਰਿਪੋਰਟਾਂ ਕਰਵਾ, ਬਹੁਤ ਜ਼ਰੂਰੀ ਆ। ਹੁਣ ਇਹ ਦੱਸੋ, ਸਭ ਇਹ ਲਾ ਕੇ ਅਰਜ਼ ਕਰੋ ਕਿ ਆਪਣੀਆਂ ਭੈਣਾਂ ਵੀ ਆਈਆਂ ਜਾਣ। ਆਹੋ ਯਾਰ, ਤੇ ਮੈਂ ਕਹਿੰਦਾ ਬਾਬਾ ਰਿਸ਼ਤੇ ਵਾਲਾ ਆ ਰਿਹਾ ਵਾ, ਸਭ ਤੋਂ ਪਹਿਲੇ ਮੇਰੀ ਭੈਣ ਦਾ ਵਿਆਹ ਹੋਏਗਾ। ਕਿਉਂ ਉਹ ਨੇਕੇ ਨਹੀਂ ਪੈਂਦੀ ਕਿਤੇ? ਭਾਜੀ ਮੈਂ ਕਿਹਾ ਜਲਦੀ ਜਲਦੀ, ਨਹੀਂ ਨਹੀਂ, ਸਭ ਤੋਂ ਪਹਿਲੇ ਮੈਂ ਭੈਣ ਦੇਣੀ ਆ, ਮੇਰੀ ਭੈਣ ਪਹਿਲਾਂ ਵਿਆਹ ਦੇਣੀ ਆ। ਫਿਰ ਤੁਸੀਂ ਦੇਣੀ? ਮੈਂ ਤੇ ਵਿਆਹਣੀ ਆ। ਚੱਲ ਤੂੰ ਛੋਟਾ ਵਾ, ਪਹਿਲੇ ਤੇਰੀ ਮੰਨ ਲੈਨੇ ਆ। ਅੱਛਾ, ਤੇਰੀ ਭੈਣ ਦਾ ਵਿਆਹ ਹੋਏਗਾ, ਫਿਰ ਮੇਰੀ ਦਾ, ਫਿਰ ਤੇਰੀ ਦਾ। ਓਕੇ, ਬਸ ਬਾਬਾ ਆ ਜਾਵੇ ਸਹੀ। ਆ ਆ ਗਿਆ ਬਾਬਾ ਬਈ। ਬਾਬਾ ਜੀ ਅਸਲਾਮ ਅਲੈਕਮ, ਕੀ ਹਾਲ ਚਾਲ ਭਾਜੀ? ਅੱਜ ਤੇ ਕਲੈਪਾਂ ਵਾਲੀ ਟੋਪੀ ਆ। ਆ ਕਹਿੰਦੇ ਆ ਬਾ, ਆ ਗਿਆ ਰਿਸ਼ਤੇ ਵਾਲਾ। ਮੈਨੂੰ ਪਤਾ ਲੱਗਾ ਕਿ ਵਕਤੀ ਤਾਂ ਤੋਂ ਸਹੀ ਆ। ਮੈਂ ਕਹਿੰਦਿਆ ਵਾ, ਹਾਂਜੀ ਮੈਂ ਆ ਗਿਆ ਰਿਸ਼ਤੇ ਲਾ ਕੇ। ਤੇ ਮੈਨੂੰ ਪਤਾ ਲੱਗਾ ਹੈ ਕਿ ਤੁਹਾਡੀ ਭੈਣ ਨੂੰ ਵਿਆਹ ਦੀ ਹਾਜਤ ਹੋਈ ਆ। ਇਹਦੀ ਮੈਨੂੰ ਹਾਜਤ ਹੋਈ ਆ। ਹਾਂ ਇਹਦੀ ਨੂੰ ਤੇ ਆਦਤ ਹੋਈ ਆ ਜੀ। ਅੱਛਾ ਅੱਛਾ ਭਾਜੀ, ਹਰ ਹੋਣੇ ਚਾਹੀਦੇ ਆ, ਖੂਬਸੂਰਤ ਹਰ ਕਿਸਮ ਦਾ ਰਿਸ਼ਤਾ ਮੇਰੇ ਕੋਲ ਮੌਜੂਦ ਆ। ਦਿਖਾਓ ਐਸਾ ਰਿਸ਼ਤਾ, ਐਸਾ ਰਿਸ਼ਤਾ। ਜਦੋਂ ਚੰਗਾ ਸੀ ਤੂੰ ਘਰ ਹੀ ਰੱਖ ਲੈਣਾ ਸੀ। ਕੋਈ ਨੀ ਕੋਈ ਨੀ, ਤੂੰ
जे तेरे को बगैर का ऐसा रिश्ता ते साडे को भी ऐसा रिक्शा। चलो उधर चल पर सी हां जी आ रिश्ता देख लो ए। हां जी भैन दा कारीगर आ मुंडा कैसा है? आ कैसा मुंडा? ये नहीं सही। आ कैसा? आ सही है। आ मर गया वा बड़ा दुख होया मैं कल ओदा कलीसवा सीगा होर कोई बखाओ ला। आ कैसा? आ सही है। आ जेल च कुड़ी अंदर करवा दी है हुण। चलो उथे भी अंदर ही करवाना फड़ के आप करावांगे अंदर मुंडा बाद चो साडे हाथी पे आ दे ओए आ सुहागरा तो उथे मना लेंगे। आ मुंडा कैसा? आ सही है बिल्कुल ठीक है। आ मुंडा वैसे बहुत अच्छा वा। हां आ मुंडा वेलो आ वेले मुंडा सही है। आ मुंडा कैसा? आ सही है हुण भी उंजी आ हुण भी उंजी आ घोड़ी को बने घोड़ी नी बने नहर च छाल मारन लगे सी। अच्छा अच्छा तेरे अबू आ आहो कोई नी पहले केड़ा निकाह होया उहनां दा रिश्ता को चंगा है मुंडा ही लगता पैसे है को। मैं ना भीर मुंडा हाँ जी अपना कारोबार जाती उन्हें शुरू करना 10 लाख रुपया जोड़िया वा। अच्छा जी हाँ 2 लाख रुपया उन्हें देना कुड़ी वाले नु। अच्छा ताकि सारा खर्चा कुड़ी वाले आप करन। ठीक है ठीक है 2 लाख रुपया उन्हें कारोबार करना। ठीक है 6 लाख रुपया उन्हें बैंक च रखना यानी कि झूला 10 लाख का। 10 लाख का वो पहले यकीन करो असी आप बड़े गरीब हां तुम्हारी मेहरबानी असी भी यही चाहते कोई ऐसा रिश्ता लभे अस तो रोटी भी नहीं पका सकते लड़ा बनाओ फटाफट साढ़े सिरों भार लथे जनाब रोटी नहीं पका सकते। आहो गरीब जो है 2 लाख तुम दोगे ला दो जी। जिवें पीटीआई ने आवाम नूं तुन के रखिया जनाब इंज क्या रखांगा जिवें रीम शाह ने शेख साहब दा रखिया ਤੁਸੀਂ ਘਬਰਾਉਣਾ ਨਹੀਂ ਕਿਸੇ ਗੱਲ ਤੋਂ ਜੀ ਭੋਲਾ 4G 24 ਘੰਟੇ ਨੈਟ ਆਨ ਲੈ ਸਿਗਨਲ ਇਧਰ ਉਧਰ ਨਹੀਂ ਹੁੰਦੇ ਪਹਾੜਾਂ ਦੇ ਵਿੱਚ ਵੀ ਸਦਕਾ ਦਿੰਦੇ ਜੇ ਫਤਰਾਨਾ ਦਿੰਦੇ ਜੇ ਭੈਣ ਵੀ ਦੇ ਦਿਓ ਮਿਹਰਬਾਨੀ ਉਹ ਯਾਦ ਆਇਆ ਤਾਂ ਗੱਲ ਕੋਈ ਨਾ ਤੁਸੀਂ ਟੈਨਸ਼ਨ ਨਹੀਂ ਲੈਣੀ ਜਨਾਬ ਮਾਂ ਪਿਓ ਮੇਰਾ ਭੈਣ ਭਰਾ ਕੋਈ ਨਹੀਂ ਤੁਸੀਂ ਸਾਰਾ ਇੰਤਜ਼ਾਮ ਕਰਨਾ ਅੱਛਾ ਬਰਾਤਾਂ ਦੇ ਸਾਰਾ ਤੁਸੀਂ ਬਜ਼ੁਰਗ ਰੱਖਦੇ ਜੀ 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 ਤੁਹਾਡੀ ਮਿਹਰਬਾਨੀ ਜਦੋਂ ਕਿਤੇ ਨਾ ਰਿਸ਼ਤੇ ਦੀ ਗੱਲ ਹੁੰਦੀ ਹੋਵੇ ਨਾ ਹਾਂਜੀ ਉਦੋਂ ਇੰਜ ਦੀ ਬਗੈਰਤੀ ਨਹੀਂ ਕਰੀਦੀ ਹੁੰਦੀ ਭਾਈ ਬਹੁਤ ਕੰਮ ਖਰਾਬ ਹੋਇਆ ਪਿਆ ਸਾਡਾ ਵੀ ਧਿਆਨ ਤੋਂ ਆਇਆ ਅਜੇ ਤੱਕ ਫਰਾਟਾ ਆਉਣ ਡਿਆ ਨਹੀਂ ਅਜੇ ਪਹਿਲੀ ਵਾਰ ਨਹੀਂ ਇੰਨਾ ਹੁੰਦਾ ਹੁੰਦਾ ਲੇਕਿਨ ਤੁਸੀਂ ਘਬਰਾਉਣਾ ਨਹੀਂ ਭੈਣ ਤੁਹਾਡੀ ਖੁਸ਼ ਰਹੇਗੀ ਗਰੰਟਡ ਮੇਰੇ ਸਹੀ ਤੁਸੀਂ ਘਬਰਾਉਣਾ ਨਹੀਂ ਇਹ ਗੱਲ ਠੀਕ ਆ ਹੁਕਮ ਕਰੋ ਤੁਸੀਂ ਤੁਸੀਂ ਆਰਡਰ ਲਾ ਭੈਣ ਸ਼ੋ ਕਰਾ ਹਾਂ ਸਰ ਕੀ ਭੈਣ ਕੀ ਸ਼ੋ ਤੁਹਾਡੇ ਸੈਕਟਰੀ ਨੇ ਕਿਹਾ 2 ਲੱਖ ਰੁਪਇਆ ਦਵਾਂ ਰਿਸ਼ਤੇ ਇਹ 2 ਲੱਖ ਰੁਪਇਆ ਆਹੋ ਭੈਣ ਕਿਹਾ ਸੀ ਜੀ ਭੈਣ ਭੈਣ ਏਡੀ ਖੂਬਸੂਰਤ ਆ ਬਿੱਲੀਆਂ ਅੱਖਾਂ ਆ ਨੱਕ ਆਏ ਲੰਮਾ ਨੱਕ ਆ ਹੋਂਟ ਗੁਲਾਬੀ ਹੋਂਟ ਆ ਰੰਗ ਸੇ ਵਰਗੇ ਰੁਖਸਾਰ ਆ ਲੱਕ ਹਰਨੀ ਵਰਗੀ ਉਹਦੀ ਟੋਰ ਆ ਹਾਏ ਮੈਂ ਤਾਂ ਕਹਿੰਦਾ ਤੂੰ ਹੀ ਆ ਯਾਰ ਤੂੰ ਹੀ ਆਇਆ ਭੈਣ ਨਾਲ ਮਿਲਾ ਦੇ ਬਸ ਜਲਦੀ ਮੈਨੂੰ ਭੈਣ ਮਿਲਾ ਦਿਓ ਜਨਾਬ ਅੱਛਾ ਜੀ ਭੈਣ ਖੂਬਸੂਰਤ ਨਾ ਆਓ ਬਸ 4G ਨੇ ਉਡਾ ਕੇ ਰੱਖਣੀ ਆ ਤੁਸੀਂ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਪਹਿਲੇ ਚੱਪਿਆ ਕੇ ਰੱਖਣਾ ਕੰਮ ਨੂੰ ਹੈ ਬੁਲਾ ਲਵੋ ਇੱਕ
ਭੈਣ ਇਹ ਕਾਫੀ ਮਦੇ ਬੋਲਾ ਕਿ ਕੋਈ ਓਏ ਇਸਤਾਨ ਹੋਗਾ ਦੇਖੋ ਸਾਂਸੀ ਸਾਹਿਬ ਤੁਸੀਂ ਵੀ ਹੋ ਜੋ ਤੁਹਾਡਾ ਕੋਈ ਤਲਕ ਨਹੀਂ ਇਸ ਗੱਲ ਆ ਭੈਣ ਮੈਂ ਕਿਹਾ ਬਾਜੀ ਹਾਂਜੀ ਓ ਰਿਸ਼ਤਾ ਆ ਗਿਆ ਤੇਰਾ ਓ ਦੀ ਭੈਣ ਓ ਓ ਕੀ ਬਬਰਾਈ ਓਏ ਓ ਕੀ ਓ ਮੇਰੇ ਹੱਥ ਮਰੇ ਆ ਅੱਜੀ ਮਾਰ ਤੂੰ ਰਹਿਣ ਦੇ ਯਾਰ ਮੇਰਾ ਭਰਾ ਉਧਰ ਹੈ ਯਾਰ ਤੇਰੀ ਮਿਹਰਬਾਨੀ ਉਧਰ ਹੋਇਆ ਖੁਦਾ ਆ ਇਧਰ ਹੋ ਜਾ ਯਾਰ ਜਾ ਓ ਮਾਂ ਛੱਡ ਦੇ ਓਏ ਕੀ ਓ ਮਾਂ ਮਾਂ ਤੂੰ ਹੀ ਘਬਰਾਉ ਨਾ ਤੁਹਾਡੇ ਨਾਲ ਮੇਰਾ ਵਿਆਹ ਆਣਾ ਵਾ ਮਾਲ ਤੁਹਾਡਾ ਠੀਕ ਹੈ ਇਨਾਮ ਮਾਲ ਕੀ ਭੈਣ ਤੁਹਾਡੀਆਂ ਹੋਰ ਵੀ ਵਿਕ ਜਾਣੀਆਂ ਜੇ ਹੋਰ ਹੈ ਤੇ ਦੱਸੋ ਤੁਸੀਂ ਟੈਨਸ਼ਨ ਰਕਸ਼ਾ ਸਾਹਿਬ ਮਿਹਰਬਾਨੀ ਜਨਾਬ ਤੁਹਾਡੀ ਉਹ ਬਹੁਤ ਮਿਹਰਬਾਨੀ ਆਓ ਚਲੀਏ ਉਹ ਭਾਈ ਪਹਿਲੇ ਨਿਕਾਹ ਤੇ ਹੋਣਗੇ ਉਹ ਨਿਕਾਹ ਰਹਿਣਗੇ ਅੱਲਾ ਬਖਸ਼ਣ ਵਾਲਾ ਹੈ ਚੁੱਕ ਕੇ ਰੱਖ ਲਾ ਰੱਬ ਨੂੰ 2 ਲੱਖ ਦਿੱਤਾ ਆਹੋ ਤੁਸੀਂ ਆਓ ਮੇਰਾ ਗੁਗੜੇ ਟੜੀ ਪਾਡੂ ਮੈਨੂੰ ਲੱਗਦਾ ਕੁੜੀ ਨਸਵਾਰ ਰੱਖਦੀ ਆ ਨਜ਼ਰ ਆ ਰਿਹਾ ਕੁਛ ਲੇਕਿਨ ਜੋ ਵੀ ਆ ਮੇਰੇ ਕੋਲ ਆ ਮੇਰੇ ਹੱਥ ਖੜੇ ਆ ਟੜੀ ਪਾਡੂ ਭਾਈ ਸਾਡੀ ਭੈਣ ਆ ਯਾਰ ਮੇਰੀ ਜ਼ਿੰਦਗੀ ਇੱਕ ਤਾਂ ਮੇਰਾ ਵਿਆਹ ਹੋਣਾ ਸੋ ਇੰਜ ਕਰਕੇ ਮੈਂ ਕੁੰਡ ਚੁੱਕਣਾ ਤੂੰ ਕੀ ਅੱਤ ਚੁੱਕੀ ਆ ਭਾਈ ਆਇਆ ਵੇਲੇ ਮਾਂ ਭਾਈ ਕੀ ਮਸਲਾ ਬਣਿਆ ਇਹਨੂੰ ਉਹ ਭਾਈ ਕੀ ਖਾ ਲਿਆ ਤੂੰ ਉਹਦੀ ਭੈਣ ਦਾ ਵਿਆਹ ਖੁਸ਼ੀਆਂ ਤੈਨੂੰ ਚੜੀਆਂ ਸਾਰੀਆਂ ਕਿਉਂ ਸੁਰਲੀਆਂ ਪਟਾਕੇ ਛੱਡ ਰਿਹਾ ਆ ਪਰ ਪੈਸੇ ਆ ਵੈਲਡ ਵੁਲਡ ਕਰਾ ਲਾ ਕੋਈ ਸਿਸਟਮ ਲੇਕਿਨ ਬਰਾਤ ਪਹਿਲੇ ਜ਼ਿੰਦਗੀ ਤੇ ਮੇਰੀ ਤੁਸੀਂ ਤਿਆਰ ਹੋਵੋ ਮੈਂ ਬਰਾਤ ਲੈ ਕੇ ਆਇਆ ਬਰਾਤ ਲੈ ਕੇ ਆਇਆ ਨਹੀਂ ਮੈਂ ਤੁਹਾਨੂੰ ਮੈਂ ਦੱਸਾਂ ਆਇਆ ਮੈਂ ਹੁਣੇ ਹੀ ਆਉਣਾ ਜੇ ਲੋ ਕਿਉਂ ਤੁਸੀਂ ਤਿਆਰ ਕਰੋ ਜਸ ਚੱਲ ਜਾ ਓਏ ਤੂੰ ਤਿਆਰ ਹੋ ਤਾਂ ਬਰਾਤ ਤੇਰੀ ਹੁਣੇ ਆ ਜਾਣੀ ਹੈ ਲੋ ਜੀ ਸ਼ੁਕਰ ਤੇ ਤਿਆਰ ਕਰ ਲਓ ਜੀ ਤੇਰੀ ਭੈਣ ਦਾ ਤਾਂ ਕੰਮ ਹੋ ਗਿਆ ਹਾਂਜੀ ਹੁਣ ਸ਼ਗਨਾਂ ਦਾ ਸੂਟ ਪਾ ਕੇ ਆਪਣੇ ਘਰ ਚਲ ਜਾਏਗੀ ਹਾਂਜੀ ਠੀਕ ਹੈ ਕਿ ਨਹੀਂ ਬਾਅਦ ਚ ਅਸੀਂ ਕਰ ਲਾਂਗੇ ਸਹੀ ਗੱਲ ਡਾਕਟਰ ਕੀ ਕਹਿੰਦਾ ਸੀ ਓ ਯਾਰ ਡਾਕਟਰ ਸਾਹਿਬ ਤੇ ਆਏ ਨਹੀਂ ਮੈਂ ਕਹਿੰਦਾ ਨਾ ਯਾਰ ਤੇ ਚੰਗਾ ਭੈਣ ਵੀ ਆਈ ਸਾਰੇ ਉਹੀ ਘਰ ਆ ਬ੍ਰੇਕ ਤੇ ਪੈਰ ਰੱਖੋ ਸਰ ਇਹੀ ਘਰ ਆ ਸਾਰੇ ਉਹੀ ਘਰ ਆ ਜਿਨ੍ਹਾਂ ਦੀ ਕੁੜੀ ਦੀ ਰਿਪੋਰਟ ਠੀਕ ਨਹੀਂ ਹਾਂਜੀ ਇਹ ਹੋ ਰਿਹਾ ਕੁੜੀ ਦਾ ਭਰਾ ਅੱਛਾ ਤੁਸੀਂ ਲੜਕੀ ਦੇ ਭਾਈ ਹੋ ਹਾਂਜੀ ਸਰ ਤੁਹਾਡੀ ਭੈਣ ਦੀ ਰਿਪੋਰਟ ਆਈ ਆ ਉਹ ਠੀਕ ਨਹੀਂ ਇਹ ਸਾਨੂੰ ਪਤਾ ਹਾਂ ਇਹ ਤੁਹਾਨੂੰ ਪਤਾ ਯਾਨੀ ਕਿ ਸਾਨੂੰ ਪਤਾ ਸਾਡੀ ਭੈਣ ਤੇ ਇੰਨਾ ਬਿਮਾਰ ਸੀ ਕਿਵੇਂ ਠੀਕ ਹੋ ਸਕਦੀ ਪਹਿਲੇ 2 ਲੱਖ ਰੁਪਏ ਫੀਸ ਦਿਓ ਡਾਕਟਰ ਸਾਹਿਬ ਜੀ 2 ਲੱਖ ਰੁਪਏ ਦੇ ਮੁੰਡਿਆ 2 ਲੱਖ ਦੇ ਵਿਆਹ ਸੀ ਸੀ ਓ ਯਾਰ ਦੇ ਦੇ ਭੈਣ ਤਾਂ ਠੀਕ ਹੋਵੇ ਰਿਪੋਰਟ ਦਿਖਾਓ ਇਹ ਦੇਖੋ ਰਿਪੋਰਟ ਓਏ ਸ਼ਗਨਾਂ ਵਾਲੀ ਰਿਪੋਰਟ ਆ ਆ ਤਾਂ ਸ਼ਾਦੀ ਦਾ ਕਾਰਡ ਆ ਯਾਰ ਓਏ ਲਬਾਰਟਰੀ ਚੋਂ ਆ ਲਬਾਰਟਰੀ ਚੋਂ ਕੀ ਲਬਾਰਟਰੀ ਚੋਂ ਅੱਛਾ ਅੱਛਾ ਸਰੀਨਾ ਮੈਰਿਜ ਲਬਾਰਟਰੀ ਸਰ ਠੀਕ ਹੋ ਬਾਕੀ ਇੱਕ ਗੱਲ ਬੜੀ ਖਤਰਨਾਕ ਆ ਦੇਖੋ ਆ ਰਿਪੋਰਟ ਬਾਕੀ ਇੱਕ ਗੱਲ ਬੜੀ ਖਤਰਨਾਕ ਹੈ ਡਾਕਟਰ ਸਾਹਿਬ ਕਿ ਤੁਹਾਡੀ ਜਿਹੜੀ ਭੈਣ ਆ ਹਾਂਜੀ ਹਾਂਜੀ ਉਹਨੂੰ ਇੱਕ ਬਹੁਤ ਡੇਂਜਰਸ ਕਿਸਮ ਦੇ ਵਾਇਰਸ ਨੇ ਉਹਦੇ ਵਿੱਚ ਅੱਲਾ ਮਾਫ ਤੇ ਜਿਸ ਦਿਨ ਤੁਸੀਂ ਉਹਦੀ ਸ਼ਾਦੀ ਕਰੋਗੇ ਉਹਦੀ ਡੈਥ ਹੋ ਜਾਏਗੀ ਡਾਕਟਰ ਸਾਹਿਬ ਕੀ ਕਹਿ ਰਹੇ ਹੋ ਉਹ ਤੇਰੇ ਮੂੰਹ ਤੋਂ ਹੀ ਕਹਿ ਰਹੇ ਆ ਯਾਨੀ ਕਿ ਮਰ ਜਾਏਗੀ ਹਾਂ ਔਰ ਦੂਸਰੀ ਉਸ ਤੋਂ ਵੀ ਵੱਡੀ ਗੱਲ ਖਤਰਨਾਕ ਇਹ ਆ ਉਹ ਜਿਹੜੇ ਵਾਇਰਸ ਨੇ ਉਹ ਜਿਸ ਬੰਦੇ ਨਾਲ ਉਹਦੀ ਸ਼ਾਦੀ ਹੋਏਗੀ ਉਹ ਵਾਇਰਸ ਅਗਰ ਉਹਦੇ ਚ ਮੁੰਤਕਿਲ ਹੋ ਗਏ ਉਹ ਦੁੱਲਾ ਵੀ ਮਰ ਜਾਏਗਾ ਮੇਰੀ ਅਗਲੀ ਰਿਪੋਰਟ ਆਉਣ ਤੱਕ ਮੇਰਾ ਇੰਤਜ਼ਾਰ ਕਰੋ ਬੜੀ ਯਾਰ ਇਹ ਕੀ ਭੈਣ ਨੇ ਕਿ ਮਰਨਾ ਹੀ ਮਰਨਾ ਸੀ ਨਾ ਅਰਦੂਲਾ ਵੀ ਮਰੇਗਾ ਉਹ ਭੋਲਾ ਫੌਜ ਤੇ ਟੱਪਿਆ ਪਿਆ ਉਹਨੇ 2 ਲੱਖ ਰੁਪਏ ਵੀ ਲੈਣਾ ਹੈ ਦੂਸਰੀ ਗੱਲ ਆ ਉਹਨੂੰ ਪਤਾ ਲੱਗ ਗਿਆ ਨਾ ਵੀ ਇਹ ਕੁੜੀ ਨੂੰ ਆ ਬਿਮਾਰੀ ਆ ਹੋਰ ਜਿੱਥੇ ਤੂੰ ਭੈਣ ਦੇਣੀ ਸੀ ਨਾ ਆਹੋ ਉੱਥੇ 5 ਮਿੰਟ ਆਪ ਦੇ ਦੇ ਰਾਜਾ ਤੁਹਾਡੀ ਸਿਸਟਰ ਦਾ ਪਿਆਰਾ ਅਮੜੀ ਦੇ ਦਿਲ ਦਾ ਸਹਾਰਾ ਤੇ ਫੌਜੀ ਅੱਜ ਕੜੀ ਚੜੇਗਾ ਬਾਹੂਬਲੀ ਅੱਜ ਕੜੀ ਚੜੇਗਾ ਦੇਸ ਕੋਈ ਇਸਤਕਬਾਲ ਨਹੀਂ ਕਰ ਰਹੇ ਬਰਾਤ ਦਾ ਖੁਸ਼ੀਆਂ ਮਨਾਓ ਖੁਸ਼ੀ ਦਾ ਵੇਲਾ ਕਿਉਂ ਪਰੇਸ਼ਾਨ ਹੋਵੇ ਜੇ ਨੂਨ ਲੀਗ ਦੇ ਸਾਰੇ ਕੇਸ ਧੜਤੇ ਪੈ ਗਏ ਕੀ ਪ੍ਰੋਬਲਮ ਕੀ ਹੋਈ ਜਨਾਬ ਉਹ ਤੁਹਾਡੀ ਵੀ ਟਿਕਟੋਕ ਨਿਕਲ ਆਈ ਕੀ ਮਸਲਾ ਕੀ ਹੋਇਆ ਈਜ਼ੀ ਹੈ ਨਾ
क्यों परेशान है? खुशियां का मौका है। ओ यार क्यों घबराए जे तुसी? ओ यार एक बड़ी बुरी खबर है बोले फौर जी। की होया जनाब? ओ मेरी भैन नहीं आ रहा। मर जाएगी बीमारी की वजह तो। जिद ना तो विह हो रहा ना मर उन्हें वैसे भी जाना है। तुम फौर जी का पता नहीं ना है मरना ही मरना ना और जरा सी मगर दूल्हे चल गए ना तो दूल्हे ने भी मर जाना है। हां दूल्हा भी पूर्णम शीशा अपनी मैं वैष्णु दस दे हूं दानिश ने नहीं मरना नहीं उसके मजे मजे होने ने तुसी बची दो शवार साहब ताड़ी मेहरबानी मेरा रिश्ता रोमी तू क्यों नहीं काम छड़ रहा है। लेकिन जो भी है मैं बस सच्ची मुची ओ भोले तेन अपनी जिंदगी प्यारी नहीं मेरी भैने तो मरना तू भी मर जाएगा। ये तो काम गलत हो जाना। हाथ अली दा है केड़ा जिने आदम दा पुतला बनाया सुन 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 सुन